ਕਟੂਕਟ ਇੱਕ ਟੈਚੀ ਜਿਹੜਾ 28 30 ਕਿਲੋ ਵਾਲਾ ਉਹਦੇ ਚ ਸਿਰਫ ਪੱਗਾਂ ਹੀ ਹੁੰਦੀਆਂ ਛੋਟ ਦਿਨ ਤੜਕੂ ਤੜਕੂ ਨਹੀਂ ਹੋਇਆ ਜਦੋਂ ਪਹਿਲੀ ਵਾਰ ਤੁਸੀਂ ਗਏ ਹੋਣਾ ਕੋਲੇ ਮੇਰਾ ਧਿਆਨ ਹੀ ਸਿਰਫ ਪੱਗ ਤੇ ਸੀ ਪਰ ਮੈਂ ਇਹ ਵੀ ਸੁਣਿਆ ਵੀ ਦਿਲਜੀਤ ਖੜੇ ਰਹਿੰਦੇ ਨੇ ਤੇ ਵੀ ਉਹ ਕੋਲ ਖਾਲੀ ਕੁਰਸੀ ਲੈ ਕਹਿੰਦੇ ਨੇ ਵੀ ਕੰਗਰੇ ਤੂੰ ਬਹਿ ਜਾ ਪਾਜੀ ਦਾ ਵੱਡਾ ਭਾਨਾ ਉਹ ਆਪਣੇ ਨਾਲ ਦੇ ਨੂੰ ਕਦੀ ਛੋਟਾ ਫੀਲ ਹੋਣੀ ਨਹੀਂ ਜਾਂਦੇ ਦਿਲਜੀਤ ਵੀ ਨੇ ਜਸਟ ਟੇਕ ਯੂ نو ਇੱਕ ਵਾਈਬ ਦਿੱਤੀ ਸੀ ਇੱਕ ਆਪਣੀ ਇੱਛਾ ਜਤਾਈ ਸੀ ਵੀ ਕੋਚੀਲਾ ਹੈ ਨਾ ਕਹਿੰਦਾ ਸੁਨਾਲਨੀ ਨੇ ਉੱਥੋਂ ਜੋ ਸਾਈਨ ਫੜ ਲਿਆ ਸੀ ਉਸ ਤੋਂ ਬਾਅਦ ਉਹਨੇ ਪੂਰੀ ਬਾਹ ਲਾ ਦਿੱਤੀ ਕਿ ਉੱਥੋਂ ਤੱਕ ਪਹੁੰਚਣਾ ਹੈ ਤੇ ਉੱਥੇ ਜਾ ਕੇ ਵੀ ਅਸੀਂ ਦੇਖਿਆ ਵੀ ਤੁਸੀਂ ਬਾਜ ਦੇ ਨਾਲ ਉਹਨਾਂ ਦਾ ਫੇਸ ਟੱਕ ਰਹੇ ਹੋ ਵੀ ਉਹਨਾਂ ਦੀ ਐਂਟਰੀ ਇੰਜ ਦੀ ਹੋਣੀ ਚਾਹੀਦੀ ਹੈ ਜਾਂ ਕਿਵੇਂ ਵੀ ਸੋ ਤੁਹਾਡੀ ਤਿਕੜੀ ਤੇ ਮੈਂ ਮੀਨ ਕੀ ਹੈਗਾ ਇਹ ਕੰਪੈਟੀਬਿਲਿਟੀ ਕੀ ਹੈ ਇਹ ਅੰਡਰਸਟੈਂਡਿੰਗ ਕੀ ਹੈ ਕਿ ਇੱਕ ਬੰਦਾ ਗੱਲ ਕਰਦਾ ਦੂਜਾ ਬੰਦਾ ਪੁਗਾਨ ਚ ਜੁੜ ਜਾਂਦਾ ਜਦੋਂ ਟੀਮ ਬਹੁਤ ਜ਼ਿਆਦਾ ਸਾਰਾ ਕੁਝ ਇਤਿਆਗ ਕੇ ਇਸ ਇਹ ਸੋਚ ਲਈ ਵੀ ਆ ਚੀਜ਼ ਹੋਣੀ ਹੋਣੀ ਹੈ ਕਿ ਉਹ ਸੁਨਾਲੀ ਜੀ ਨੇ ਇਹ ਚੀਜ਼ ਸੋਚ ਲਈ ਵੀ ਕਰਨੀ ਹੀ ਕਰਨੀ ਜੀ ਪ੍ਰਮਾਤਮਾ ਨੇ ਸਰ ਕਿਰਪਾ ਕੀਤੀ ਹੋਇਆ ਤਦ ਤੁਸੀਂ ਕਰੀਨਾ ਕਪੂਰ ਨੂੰ ਮਿਲੇ ਮੈਂ ਦੇਖਿਆ ਤੁਸੀਂ ਫੋਟੋ ਵੀ ਖਿਚਾਈ ਹੈ ਤੇ ਤੁਹਾਡੇ ਲਈ ਉਹ ਮੋਮੈਂਟ ਕੀ ਹੋ ਜਾ ਸੀਗਾ ਉਹ ਵਧੀਆ ਸੀ ਉਹ ਅਸਲ ਚ ਮਤਲਬ ਮੈਨੂੰ ਮੇਰੇ ਵੀ ਫੇਵਰੇਟ ਐਕਟ੍ਰੈਸ ਹਾਂ ਜੀ ਕਿਉਂਕਿ ਜਦੋਂ ਉਹ ਸੈੱਟ ਤੇ ਆਉਂਦੇ ਨੇ ਪਤਾ ਲੱਗਦਾ ਵੀ ਕੋਈ ਹੀਰੋਇਨ ਸੈੱਟ ਤੇ ਆਏ ਨੇ ਤੇ ਉਹਨਾਂ ਦਾ ਔਰਾ ਵੀ ਬਹੁਤ ਹੋਵੇ ਬਹੁਤ ਚੰਗੇ ਨੇ ਕਰੀਨਾ ਦਾ ਪਰਸਨਲੀ ਉਹਨਾਂ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਨੇ ਉਹਨਾਂ ਦੇ ਕੰਮ ਨੂੰ ਤੇ ਤੁਸੀਂ ਵੀ ਨਾਲ ਹੁੰਨੇ ਹੋ ਤੁਹਾਡੇ ਅੰਦਰ ਕੀ ਫੀਲ ਚੱਲ ਰਿਹਾ ਹੁੰਦਾ ਹੈ ਟਾਈਮ ਟੂ ਟਾਈਮ ਕਿ ਇੱਕ ਸਟ्रेस ਔਰ ਪ੍ਰੈਸ਼ਰ ਵੀ ਹੁੰਦਾ ਕਿਉਂਕਿ ਟੀਮ ਹੋ ਤੁਸੀਂ ਹਰ ਚੀਜ਼ ਮੈਨੇਜ ਤੁਹਾਡੇ ਥਰੂ ਹੋ ਕੇ ਜਾਏਗੀ ਮਤਲਬ ਇਹ ਸਾਰੀਆਂ ਚੀਜ਼ਾਂ ਅਸੀਂ ਉਦੋਂ ਭੁੱਲ ਜਾਂਦੇ ਹਾਂ ਜਦੋਂ ਅਸੀਂ ਬਣ ਕੇ ਤਿਆਰ ਹੋ ਕੇ ਜਦੋਂ ਸਰਦਾਰ ਅਸੀਂ ਬੰਬਈ ਜਾਂ ਬਾਲੀਵੁੱਡ ਦੇ ਵਿੱਚ ਖੜੇ ਹੁੰਨੇ ਆ ਫਿਰ ਮਜ਼ਾ ਆ ਜਾਂਦਾ ਫਿਰ ਹੋਰ ਕੋਈ ਸਭ ਚੀਜ਼ਾਂ ਫਿੱਕੀਆਂ ਪੈ ਜਾਂਦੀਆਂ ਫਿਰ ਲੱਗਦਾ ਬਸ ਵੀ ਸੱਟੇ ਕੰਮ ਮਜ਼ਾ ਹੁੰਦਾ ਯਾਨੀ ਬਸ ਬਸ ਪਹਿਲੇ ਤਾਂ ਮੈਨੂੰ ਇਹ ਦੱਸੋ ਹਾਊਸ ਯੂਰ ਲਾਈਫ ਬੜਾ ਸ਼ੁਕਰੇ ਪ੍ਰਮਾਤਮਾ ਦਾ ਜਿਹੜੀ ਚੀਜ਼ ਕਦੀ ਸੋਚੀ ਵੀ ਨਹੀਂ ਮਤਲਬ ਇੱਕ ਸੁਪਨੇ ਵਾਲੀ ਲਾਈਫ ਹੈ ਨਾ ਐਵੇਂ ਦੀ ਮੈਨੂੰ ਲੱਗਦਾ ਵੀ ਲਾਈਫ ਹੋਰ ਹੈ ਹੀ ਨਹੀਂ ਕਿਤੇ ਜਿੱਦੇ ਚ ਨਾਲੇ ਟਰੈਵਲ ਨਾਲੇ ਘੁੰਮਣਾ ਫਿਰਨਾ ਤੇ ਨਾਲੇ ਤੁਹਾਨੂੰ ਪੈਸੇ ਨਾਲੇ ਪੁੰਨ ਦੇ ਨਾਲੇ ਫਲੀਆਂ ਇਹ ਜਿਹੜੀ ਪੱਗ ਹੈ ਇਹ ਤੁਸੀਂ ਕਹਾਂ ਵੀ ਮੇਰੀ ਸਭ ਤੋਂ ਜ਼ਿਆਦਾ ਫੇਵਰੇਟ ਹੈ ਪੱਗ ਸ਼ੁਰੂ ਕਰਨ ਦੇ ਵਿੱਚ ਮਤਲਬ ਕਿਸੇ ਨਾ ਕਿਤੇ ਬਾਜੀ ਦਾ ਵੀ ਹੱਥ ਹੈ ਜਿੱਦੋਂ ਮੈਂ ਪੱਗ ਬੰਨੀ ਸ਼ੁਰੂ ਕੀਤੀ ਤੇ ਬਾਜੀ ਅਕਸਰ ਕਹਿੰਦੇ ਹੁੰਦੇ ਸਨ ਬੜੀ ਸੋਹਣੀ ਲੱਗਦੀ ਸੋ ਇਹ ਫਿਰ ਮੈਂ ਹੁਣ ਇਹ ਪੇਰੀ ਪੱਕੀ ਕਿਤੇ ਵੀ ਮਤਲਬ ਕੋਈ ਵੀ ਪਹਿਰਾਵਾ ਬਹਾਂ ਮੈਂ ਪੱਗ ਆ ਹੀ ਰੱਖਣਾ ਤੋ ਇਹ ਵਧੀਆ ਵੀ ਲੱਗਦੀ ਮੈਨੂੰ ਵਧੀਆ ਲੱਗੀ ਤੁਹਾਨੂੰ ਕੋਈ ਫੋਨ ਕਰਕੇ ਇਹ ਨਹੀਂ ਕਹਿੰਦਾ ਵੀ ਹਾਈ ਤੁਸੀਂ ਦਿਲਜੀਤ ਨੰਦ ਰਹਿੰਦੇ ਹੋ ਜਾਂ ਉਹਨਾਂ ਦੇ ਲਈ ਇੱਕ ਉਹਨਾਂ ਇੱਕ ਬਹੁਤ ਵੱਡੀ ਗੱਲ ਨਹੀਂ ਮਤਲਬ ਅਸੀਂ ਕਦੀ ਸ਼ੇਖੀ ਜੀ ਨਹੀਂ ਮਾਰੀ ਬਚ ਕੇ ਨਿਕਲ ਜੀਦਾ ਜੇ ਕੋਈ ਕਹ ਦੇ ਨਹੀਂ ਤੇ ਨਹੀਂ ਜੇ ਕੋਈ ਕਹ ਦੇ ਹਾਂ ਤੇ ਹਾਂ ਗੁਰਪ੍ਰਤਾਪ ਸਿੰਘ ਕਾਂ ਦਿਲਜੀਤ ਦੋਸਾਂਝ ਇਕੁਅਲ ਟੂ ਵਾਟ ਮਤਲਬ ਮੇਰੇ ਮੈਂ ਕੁਝ ਵੀ ਇਹਦੇ ਬਾਰੇ ਬੋਲਾਂਗਾ ਨਾ ਤੇ ਉਹ ਛੋਟਾ ਹੋਏਗਾ ਮਤਲਬ ਮੈਂ ਜਿੰਨਾ ਮਰਜ਼ੀ ਆਪਣੇ ਆਪ 'ਚ ਵੱਡਾ ਕਹਾਂ ਨਾ ਉਹ ਛੋਟਾ ਹੋਏਗਾ ਮੇਰੇ ਲਈ ਜੀ ਸੋ ਇਹ ਮਤਲਬ ਜਿੰਨਾ ਕਹਿ ਲਈ ਸ਼ੁਕਰ ਹੈ ਪ੍ਰਮਾਤਮਾ ਦਾ ਵੀ ਮੈਨੂੰ ਇਸ ਇਹ ਲਾਈਨ ਮਿਲੀ ਤੇ ਮੈਨੂੰ ਭਾਜੀ ਦਾ ਸਾਥ ਮਿਲਿਆ ਮੈਂ ਭਾਜੀ ਦੇ ਨਾਲ ਆ ਤੇ ਇੰਨੀ ਵਜੇ ਸਾਡੀ ਟੀਮ ਹੈ ਪ੍ਰਮਾਤਮਾ ਦਾ ਸ਼ੁਕਰ ਇਹ ਬਿਆਨ ਤੋਂ ਬਾਹਰ ਹੈਗਾ ਬਹੁਤ ਸਾਰੀਆਂ ਗੱਲਾਂ ਤੁਹਾਡੇ ਦਿਮਾਗ ਦੇ ਵਿੱਚ ਭਰੀਆਂ ਹੁੰਦੀਆਂ ਹਨਾ ਤੇ ਬਹੁਤ ਸਾਰੇ ਸਵਾਲ ਹੁੰਦੇ ਨੇ ਫਿਰ ਐਕਸਾਈਟਮੈਂਟ ਲੈਵਲ ਜਿਹੜਾ ਹੈਗਾ ਨਾ ਉਹ ਮੈਂ ਕਹਿੰਦੀ ਆ ਨੈਕਸਟ ਲੈਵਲ ਹੁੰਦਾ ਸੋ ਜਿਹੜੇ ਜਿਹੜੇ ਸਵਾਲ ਅੱਜ ਮੇਰੇ ਦਿਲ ਦੇ ਵਿੱਚ ਨੇ ਆਮ ਸ਼ੋਰ ਤੁਸੀਂ ਵੀ ਇਹੀ ਸੋਚਦੇ ਹੋਵੋਗੇ ਜਦੋਂ ਜਦੋਂ ਤੁਸੀਂ ਇਹਨਾਂ ਨੂੰ ਵੇਖਦੇ ਹੋਵੋਗੇ ਤੇ ਬਸ ਅੱਜ ਅਸੀਂ ਸਾਆਂ ਗੱਲਾਂ ਬਾਤਾਂ ਕਲੀਅਰ ਕਰ ਦੇਣੀਆਂ ਨੇ ਸੋ ਉਹਦੇ ਲਈ ਸਵਾਗਤ ਕਰ ਲੈਨੇ ਆ ਪਹਿਲੇ ਗੁਰਪ੍ਰਤਾਪ ਸਿੰਘ ਕੰਗਵੀਰੇ ਦਾ ਮੇਰੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿਵੇਂ ਹੋ ਤੁਸੀਂ ਬਹੁਤ ਵਧੀਆ ਜੀ ਤੁਸੀਂ ਦੱਸੋ ਠੀਕ ਹੋ ਤੁਹਾਨੂੰ ਦੇਖ ਕੇ ਤਾਂ ਹਮੇਸ਼ਾ ਹੀ ਚਾ ਚੜਦਾ ਹੈ ਹੁਣ ਹੋਰ ਚੜਿਆ ਪਿਆ ਤੇ ਵਧੀਆ ਹੀ ਵਧੀਆ ਹੈ ਸ਼ੁਕਰ ਹੈ ਜੀ ਸੋ ਅੱਛਾ ਵੀਰੇ ਮੇਰੀ ਗੱਲ ਸੁਣੋ ਤੁਸੀਂ ਤੁਹਾਡੀ ਲਾਈ ਵੀ ਸੈਲੀਬ੍ਰਿਟੀ ਲਾਈਫ ਹੈ ਕਿਉਂਕਿ ਅਸੀਂ ਤਾਂ ਇਹੀ ਸੋਚਦੇ ਹਾਂ ਹੈਨਾ ਇਹਨਾਂ ਦੇ ਵੀ ਕਮੈਂਟਸ ਤੁਹਾਨੂੰ ਆਬਵੀਅਸਲੀ ਆਉਂਦੇ ਹੋਣਗੇ ਤਾਂ ਪਹਿਲੇ ਮੈਨੂੰ ਪਹਿਲੇ ਤਾਂ ਮੈਨੂੰ ਇਹ ਦੱਸੋ ਹਾਊਸ ਯੂਅਰ ਲਾਈਫ ਬਲ ਲਾਈਫ ਬਹੁਤ ਵਧੀਆ ਹੈ ਬੜਾ ਸ਼ੁਕਰ ਹੈ ਪ੍ਰਮਾਤਮਾ ਦਾ ਜਿਹੜੀ ਚੀਜ਼ ਕਦੀ ਸੋਚੀ ਵੀ ਨਹੀਂ ਮਤਲਬ ਇੱਕ ਸੁਪਨੇ ਵਾਲੀ ਲਾਈਫ ਹੈ ਨਾ ਤੇ ਜਿਹਦੇ ਐਵੇਂ ਦੀ ਮੈਨੂੰ ਲੱਗਦਾ ਵੀ ਲਾਈਫ ਹੋਰ ਹੈ ਹੀ ਨਹੀਂ ਕਿਤੇ ਜਿਹਦੇ ਚ ਨਾਲੇ ਟ੍ਰੈਵਲ ਨਾਲੇ ਘੁੰਮਣਾ ਫਿਰਨਾ ਤੇ ਨਾਲੇ ਤੁਹਾਨੂੰ ਪੈਸੇ ਨਾਲੇ ਕੰਮ ਤੇ ਨਾਲੇ ਫਲ ਨਾਲੇ ਪੁੰਨ ਦੇ ਨਾਲੇ ਫਲੀਆਂ ਕੀ ਹਵਾਤ ਹੈ ਜੀ ਸੋ ਪੱਗ ਤਾਂ ਬਹੁਤ ਬੰਨੀ ਤੁਸੀਂ ਕਹਿੰਦੇ ਬਚਪਨ ਤੋਂ ਹੀ ਐਸੇ ਕਰਕੇ ਸੀ ਵੀ ਪ੍ਰਮਾਤਮਾ ਪ੍ਰੈਕਟਿਸ ਕਰਾ ਰਿਹਾ ਸੀ ਪਰ ਮੈਂ ਇਹ ਗੱਲ ਤੁਹਾਨੂੰ ਦੱਸਾਂ ਦਿਲਜੀਤ ਵੀਰੇ ਦਾ ਔਰਾ ਬਹੁਤ ਸਟਰੋਂਗ ਹੈਗਾ ਹੈ ਨਾ ਮੈਂ ਮੈਂ ਨਰਵਸ ਹੋ ਜਾਨੀ ਹਾਂ ਉਹਨਾਂ ਕੋਲ ਜਾ ਕੇ ਤੇ ਇਹ ਮੈਂ ਬਹੁਤ ਧਿਆਨ ਤੋਂ ਸੁਣਿਆ ਵੀ ਇਹ ਇੱਕ ਰਿਸਪੈਕਟਵਲੀ ਚੀਜ਼ ਹੈ ਨਾ ਤੁਹਾਡੇ 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 ਦਿਲ ਧੜਕੋ ਧੜਕੋ ਨਹੀਂ ਹੋਇਆ ਜਦੋਂ ਪਹਿਲੀ ਵਾਰ ਤੁਸੀਂ ਗਏ ਉਹਨਾਂ ਕੋਲੇ ਨਹੀਂ ਮਤਲਬ ਮੇਰਾ ਦਿਲ ਮੈਂ ਮੇਰਾ ਧਿਆਨ ਹੀ ਸਿਰਫ ਪੱਗ ਤੇ ਸੀ अच्छा <laughs> मेरा सारा जेड़ा फोकस ना, जी ना पग देसी मैं पग ਨੂੰ ਵੀ ਜੋ ਅਗਲਾ ਬੰਦਾ ਮਤਲਬ ਬੀਸਿਕਲੀ ਜਦੋਂ ਆਪਾਂ ਕਿਸੇ ਦੇ ਸਿਰ ਤੇ ਪੱਗ ਬੰਨਣੇ ਆ ਨਾ ਤੋ ਇੱਕੋ ਚੀਜ਼ ਮਨ ਦੇ ਵਿੱਚ ਹੁੰਦੀ ਵੀ ਅਗਲਾ ਕੀ ਚਾਹੁੰਦਾ ਹੂੰ ਕਿਉਂਕਿ ਪਸੰਦ ਮੈਨੂੰ ਨਹੀਂ ਆਉਣੀ ਚਾਹੀਦੀ ਮੇਰੀ ਪੱਗ ਬੰਨੀ ਕਿਸੇ ਹੋਰ ਨੂੰ ਪਸੰਦ ਆਉਣੀ ਚਾਹੀਦੀ ਜੀ ਸੋ ਉਹ ਚੀਜ਼ ਹੈ ਵੀ ਅਗਲੇ ਦੀ ਕੀ ਡਿਮਾਂਡ ਹੈ ਤੋ ਮੇਰਾ ਸਾਰਾ ਫੋਕਸ ਜਿਹੜਾ ਪੱਗ ਤੇ ਸੀ ਮੈਂ ਮੈਨੂੰ ਪੱਗ ਤੋਂ ਬਿਨਾ ਮਤਲਬ ਹੋਰ ਕੁਝ ਨਹੀਂ ਮਿਲਣਾ ਸੀ ਪੱਗ ਹੀ ਕਿਵੇਂ ਆਪਣੇ ਮੈਂ 100% ਦਿਆਂ ਤੋ ਕਿਤੇ ਨਾ ਕਿਤੇ ਲੱਗਦਾ ਹੈ ਮੈਂ ਵੀ ਨਰਵਸ ਵਾਲੀ ਗੱਲ ਹੀ ਨਹੀਂ ਰਹੀ ਫਿਰ ਜੀ ਬਿਲਕੁਲ ਐਕਚੁਅਲੀ ਨਾ ਜਦੋਂ ਮੈਂ ਇੰਟਰਵਿਊ ਪ੍ਰੇਪੇਅਰ ਕਰਦੀ ਹਾਂ ਤੇ ਮੇਰੇ ਮਦਰ ਨੂੰ ਪਤਾ ਹੁੰਦਾ ਹੈ ਕਿ ਮੈਂ ਕਿਹੜੇ ਆਰਟਿਸਟ ਲਈ ਕਰ ਰਹੀ ਹਾਂ ਤੇ ਹਰ ਵਾਰੀ ਉਹਨਾਂ ਦਾ ਸੇਮ ਨੇ ਪਰ ਜਦੋਂ ਦਿਲਜੀਤ ਵੀਰੀ ਦੀ ਗੱਲ ਹੁੰਦੀ ਹੈ ਤੇ ਮੇਰੇ ਮੰਮੀ ਕਹਿੰਦੇ ਕਿ ਯੂ نو ਯੂ ਹਵ ਟੂ ਬੀ ਬਲਤ ਜ਼ਿਆਦਾ ਪ੍ਰੈਪਰੇਸ਼ਨ ਕਰਨੀ ਹੈ ਬਹੁਤ ਜ਼ਰੂਰੀ ਹੈ ਕਿਉਂਕਿ ਤੁਹਾਨੂੰ ਉਹਨਾਂ ਦਾ ਪਤਾ ਹੈ ਕਿ ਉਹਨਾਂ ਦਾ ਹੁਣ ਲੈਵਲ ਕੀ ਹੈ ਤੇ ਪਤਾ ਲੱਗੇ ਵੀ ਤੁਸੀਂ ਬੈਠੇ ਹੋ ਮੈਂ ਉਹਨਾਂ ਨੂੰ ਐਥਕੀ ਬਲੇਸਿੰਗਸ ਵੀ ਦਿੱਤੀਆਂ ਸੀ ਬਟ ਮੈਂ ਤੁਹਾਡੇ ਕੋਲੋਂ ਜਾਨਣਾ ਚਾਹਾਂਗੀ ਜਦੋਂ ਤੁਸੀਂ ਆਪਣੇ ਘਰੇ ਦੱਸਿਆ ਕਿ ਮੇਰੇ ਫਰੈਂਡ ਦਾ ਫੋਨ ਆਇਆ ਤੇ ਮੈਂ ਕੱਲ ਦਿਲਜੀਤ ਦੀ ਪੱਗ ਬਨਣ ਲਈ ਜਾਣਾ ਹੈ ਤੇ ਉਹਨਾਂ ਦਾ ਚਾਹ ਵੀ ਉਹਨਾਂ ਹੀ ਸੀ ਨਹੀਂ ਚਾਹ ਤੇ ਉਦੋਂ ਮੈਂ ਜਦੋਂ ਮੈਨੂੰ ਫੋਨ ਆਇਆ ਨਾ ਜਨਜੋਤ ਨੇ ਫੋਨ ਕੀਤਾ ਸੀ ਮੈਨੂੰ ਅੱਛਾ ਡਾਇਰੈਕਟਰ ਸਾਹਿਬ ਜੀ ਹਾਂ ਜੀ ਉੰਤੇ ਮੈਸੋਗੋ ਨੁੱਲ ਤਾਂ ਕਿ ਮੇਰੀ ਯਾਰੀ ਦੋਸਤੀ ਉਹਦੇ ਨਾਲ ਤੇ ਮੈਂ ਨੂੰ ਉਲਟਾ ਸਭ ਕਿਹਾ ਮੈਂ ਕਿਹਾ ਵੀ ਬੰਨੇ ਨਾਲ ਨਾ ਸਾਧ ਮੈਨੂੰ ਕੋਈ ਕੰਮ ਇਤੇ ਦੱਸ ਹਾਂ ਵੀ ਕਈ ਵਾਰ ਨਾ ਆਪਣੀ ਥੋੜਾ ਜਿਹਾ ਕਰ ਜਾਂਦੇ ਨੇ ਘਰਾਂ ਵਾਲਾ ਲੈ ਲੈਂਦੇ ਲਾਲਚ ਦੇ ਕੇ ਨਾ ਹਾਂ ਉਹ ਵੀ ਇੱਕ ਤਾਂ ਆ ਜਾਏਗਾ ਉੰਜ ਪਾਵੇਂ ਆਵੇ ਨਾ ਸੋ ਮੈਂ ਉਹਨੂੰ ਕਿਹਾ ਮੈਂ ਕਿਹਾ ਭਾਈ ਪਾਜੀ ਪੱਗ ਬੜੀ ਸੋਹਣੀ ਬਣ ਲੈਂਦੇ ਮੈਨੂੰ ਕਿਉਂ ਬੁਲਾਉਣਾ ਤੂੰ ਤੇ ਉਹ ਕਹਿਣ ਲੱਗਾ ਨਹੀਂ ਤੂੰ ਇੱਕ ਵਾਰੀ ਆ ਜਾ ਹੂੰ ਸੋ ਉਦੋਂ ਤੇ ਚਿੱਤ ਖਿਆਲ ਵੀ ਨਹੀਂ ਸੀ ਨਾ ਕਰਦੇ ਉਹਦੇ ਨਾਂ ਮੈਨੂੰ ਜੀ ਤੇ ਜਦੋਂ ਮੈਂ ਆ ਕੇ ਉਹ ਚੀਜ਼ ਵੇਖੀ ਅਗਲੇ ਦਿਨ ਫਿਰ ਮੈਂ ਟ੍ਰੇਨ ਫੜ ਕੇ ਆ ਗਿਆ ਅੰਮ੍ਰ ਮੈਂ ਉੱਥੇ ਪਗਲੀ ਮੈਨੂੰ ਓਕੇ ਕਿਹਾ ਉਹਨਾਂ ਵੀ ਠੀਕ ਹੈ ਕੱਲ ਤੋਂ ਫਿਲਮ ਸ਼ੁਰੂ ਏ ਤੇ ਜਦੋਂ ਫਿਰ ਮੈਂ ਘਰ ਫੋਨ ਕੀਤਾ ਤੇ ਫਿਰ ਘਰ ਜਨੂੰ ਮਤਲਬ ਬਹੁਤ ਜ਼ਿਆਦਾ ਖੁਸ਼ੀ ਸੀ ਫਿਰ ਮੇਰੇ ਫਾਦਰ ਸਾਹਿਬ ਸਮਾਨ ਲੈ ਕੇ ਆਏ ਵਿੱਚੋਂ ਸਾਰਾ ਵੀ ਹੁਣ 50 ਦਿਨ ਇੱਥੇ ਸ਼ੂਟਿੰਗ ਚੱਲਣੀ ਸੋ ਉਦੋਂ ਚਾਹ ਚੜਿਆ ਕਰਦਿਆਂ ਨੂੰ ਤੁਸੀਂ ਈਜ਼ੀਲੀ ਕੰਫਰਟੇਬਲ ਹੋ ਗਏ ਅ ਮਤਲਬ ਮੇਰਾ ਸ਼ੁਰੂ ਤੋਂ ਹਾਂ ਉਹ ਠੀਕ ਹੈ ਕਿਉਂਕਿ ਮੇਰਾ ਨਾ ਮੈਂ ਮੇਰੇ ਚੇਹੇ ਚੀਜ਼ ਵੀ ਬਹੁਤ ਹੈ ਮੈਂ ਜਦੋਂ ਕਿਸੇ ਦੇ ਕੋਲ ਬੈਠਾ ਹੁੰਦਾ ਹਾਂ ਉਹਨਾਂ ਨੂੰ ਤੇ ਮੈਨੂੰ ਆਪਣੇ ਤੋਂ ਜ਼ਿਆਦਾ ਅਗਲੇ ਦੀ ਫਿਕਰ ਹੁੰਦੀ ਵੀ ਇਹ ਅਗਲਾ ਬੰਦਾ ਮੇਰੇ ਕਰਕੇ ਅਨਕੰਫਰਟੇਬਲ ਨਾ ਹੋਵੇ ਜੀ ਵੀ ਇਹ ਕਿਤੇ ਮੇਰੇ ਕਰਕੇ ਇਹਦੇ ਮਨ 'ਚ ਕੋਈ ਹੈ ਨਾ ਤੇ ਫਿਰ ਮੈਂ ਆਪਣੇ ਕੰਮ ਤੱਕ ਹੀ ਰੱਖਣਾ ਤਾਂ ਗੱਲ ਵੀ ਪਰ ਮੈਂ ਇਹ ਵੀ ਸੁਣਿਆ ਹੈ ਵੀ ਪਿੱਛੇ ਜੀ ਸ਼ੂਟਿੰਗ ਚੱਲਦੀ ਸੀਗੀ ਤੇ ਦਿਲਜੀਤ ਵੀਰੇ ਹੋਣੀ ਆਏ ਹੋਏ ਸੀਗੇ ਤੇ ਬਈ ਤੁਹਾਡਾ ਆਪਸ ਦੇ ਵਿੱਚ ਇੰਨਾ ਹੁਣ ਪਿਆਰ ਪੈ ਚੁੱਕਿਆ ਹੈ ਬਈ ਲੋਕੀ ਸਟ੍ਰੇਂਜ ਹੁੰਦੇ ਨੇ ਬਈ ਦਿਲਜੀਤ ਖੜੇ ਰਹਿੰਦੇ ਨੇ ਤੇ ਵੀ ਉਹ ਖਾਲੀ ਕੁਰਸੀ ਲੈ ਕੇ ਕਹਿੰਦੇ ਨੇ ਵੀ ਕੰਗਰੇ ਤੂੰ ਬਹਿ ਜਾ ਬਈ ਐਡੀ ਕੰਪੈਟੀਬਿਲਟੀ ਨਹੀਂ ਭਾਏ ਜੀ ਦੀ ਇਹ ਮਤਲਬ ਭਾਜੀ ਦਾ ਵੱਡਾ ਭਾਨੇ ਉਹ ਆਪਣੇ ਨਾਲ ਦੀਆਂ ਨੂੰ ਕਦੀ ਛੋਟਾ ਫੀਲ ਹੋਣੀ ਨਹੀਂ ਦਿੰਦੇ ਜੀ ਸੋ ਉਹ ਮਤਲਬ ਆ ਉਹ ਇੰਨੀ ਕੋ ਜਿਆਦਾ ਰਿਸਪੈਕਟ ਕਰਦੇ ਨੇ ਤੇ ਫਿਰ ਸਾਡਾ ਹੋਈ ਹੁੰਦਾ ਵੀ ਅਸੀਂ ਹੁਣ ਪਾਜੀ ਦੀ ਜੇ ਕਿਉਂਕਿ ਜੇ ਅਗਲਾ ਬੰਦਾ ਤੁਹਾਨੂੰ ਰਿਸਪੈਕਟ ਕਰ ਰਿਹਾ ਤੇ ਸਾਡਾ ਫਰਜ ਹੈ ਅਸੀਂ 100 ਗੁਣਾ ਵਧੇਰੇ ਜੇ ਰਿਸਪੈਕਟ ਕਰੀਏ ਸੋ ਪਾਜੀ ਕਦੀ ਆਪਣੇ ਨਾਲ ਦੇ ਨੂੰ ਕਦੀ ਛੋਟਾ ਫੀਲ ਨਹੀਂ ਹੁੰਦ ਦਿੰਦੇ ਹਾਂ ਇਹ ਤਾਂ ਵਧੀਆ ਗੱਲ ਹੈ ਤੇ ਇੱਕ ਤਾਂ ਹੁੰਦੇ ਕੰਮ ਹੈਨਾ ਤੇ ਜਦੋਂ ਕੋਈ ਸਾਡਾ ਐਗਜ਼ਾਮ ਹੁੰਦਾ ਸਾਡੇ ਪੇਰੈਂਟਸ ਜਿਆਦਾ ਬੋਰਡ ਹੁੰਦੇ ਆ ਨਾ ਮੰਮੀ ਘਰੇ ਪਾਠ ਕਰਦੇ ਆ ਡੈਡੀ ਸਮਝਾਉਂਦੇ ਨੇ ਜਦੋਂ ਦਰਜੀਤ ਵਾਟੇਵਰ ਡੇ ਟੂਰਸ ਕਰਦੇ ਨੇ ਜਦੋਂ ਸ਼ੋਸ ਕਰਦੇ ਨੇ ਪਿੱਛੇ ਜੀ ਉਹਨਾਂ ਨੇ ਜਿੰਨੇ ਵੀ ਗਾਟ ਦਾ ਵੀ ਜੜਾ ਹੋਇਆ ਉਹਨਾਂ ਦੀ ਸਟਾਈਲਿੰਗ ਨੂੰ ਲੈ ਕੇ ਕਿਹਾ ਜ਼ਬਰਦਸਤ ਉਹਨਾਂ ਦਾ ਤਾਰੀਫ ਹੋਈ ਹੈ ਹੈਨਾ ਸੋ ਇਹ ਪ੍ਰੈਸ਼ਰ ਤੁਹਾਡੇ ਤੇ ਕਿੰਨਾ ਰਹਿੰਦਾ ਕਿ ਤੁਹਾਡੀਆਂ ਰਾਤਾਂ ਵੀ ਜੜੀਆਂ ਹੈਗੀਆਂ ਸਲੀਪਲੈਸ ਹੁੰਦੀਆਂ ਨੇ ਆ ਵੇਖੋ ਪਾਜੀ ਤੇ ਕਿਉਂਕਿ ਸਾਰਾ ਜਿਹੜਾ ਸੇਰਾ ਉਹ ਪਾਜੀ ਸਰ ਹੁੰਦਾ ਹੈ ਸਾਰਾ ਹੈਨਾ ਉਹਨਾਂ ਤੇ ਤੇ ਪ੍ਰੈਸ਼ਰ ਹੈ ਹੀ ਐਜ਼ ਅ ਟੀਮ ਸਾਡੇ ਤੇ ਵੀ ਅਸੀਂ ਉਦੋਂ ਵੱਧ ਚੱਕ ਲੈਨੇ ਹੁੰਨੇ ਆ ਜੀ ਭਾਵੇਂ ਸਾਡਾ ਕੰਮ ਹੋਵੇ ਨਾ ਹੋਵੇ ਪਰ ਸਾਨੂੰ ਪ੍ਰੈਸ਼ਰ ਇਸ ਗੱਲ ਦਾ ਹੁੰਦਾ ਵੀ ਹਰ ਚੀਜ਼ ਵਧੀਆ ਹੀ ਹੋਣੀ ਚਾਹੀਦੀ ਵੀ ਜੋ ਭਾਜੀ ਸੋਚਦੇ ਨੇ ਅਸੀਂ ਭਾਜੀ ਜੋ ਸੋਚਦੇ ਨੇ ਸਾਡੇ ਮਨ ਚ ਹੁੰਦਾ ਵੀ ਜੋ ਭਾਜੀ ਨੇ ਸੋਚਿਆ ਉਹ ਕਿਸੇ ਨਾ ਕਿਸੇ ਤਰੀਕੇ 100% ਕਿਵੇਂ ਹੋਣਾ ਤੇ ਉਹ ਭਾਵੇਂ ਅਸੀਂ ਸਾਡੀ ਮਿਹਨਤ ਨਾਲ ਭਾਵੇਂ ਦੁਆਵਾਂ ਮਤਲਬ ਉਹ ਨਜਾਇਜ਼ ਜਿਹਾ ਅਸੀਂ ਪ੍ਰੈਸ਼ਰ ਜ਼ਿਆਦਾ ਚੱਕ ਲੈਨੇ ਆ ਵੀ ਇੱਕ ਪਿਆਰ ਵਜੋਂ ਮੈਂ ਇਹ ਸੁਣਿਆ ਸੀਗਾ ਵੀ ਜਿੱਦਾਂ ਇੱਕ ਦੇਰਜੀਤ ਵੀਰ ਨੇ ਜਸਟ ਟੇਕ ਯੂ نو ਇੱਕ ਵਾਈਬ ਦਿੱਤੀ ਸੀ ਇੱਕ ਆਪਣੀ ਇੱਛਾ ਜਤਾਈ ਸੀ ਵੀ ਕੋ ਚੀਲਾ ਹੈਨਾ ਕਹਿੰਦਾ ਸੁਨਾਲੀ ਨੇ ਉੱਥੋਂ ਹੀ ਉਹ ਸਾਈਨ ਫੜ ਲਿਆ ਸੀ ਉਸ ਤੋਂ ਬਾਅਦ ਉਹਨੇ ਪੂਰੀ ਵਾਹ ਲਾ ਦਿੱਤੀ ਕਿ ਉੱਥੋਂ ਤੱਕ ਪਹੁੰਚਣਾ ਹੈ ਤੇ ਉੱਥੇ ਜਾ ਕੇ ਵੀ ਅਸੀਂ ਦੇਖਿਆ ਵੀ ਤੁਸੀਂ ਬਾਜ ਦੇ ਨਾਲ ਉਹਨਾਂ ਦਾ ਫੇਸ ਟੱਕ ਰਹੇ ਹੋ ਵੀ ਉਹਨਾਂ ਦੀ ਐਂਟਰੀ ਇੰਜ ਦੀ ਹੋਣੀ ਚਾਹੀਦੀ ਹੈ ਜਾਂ ਕਿਵੇਂ ਵੀ ਸੋ ਤੁਹਾਡੀ ਤਿਕੜੀ ਤੇ ਮੈਂ ਮੀਨ ਕੀ ਹੈਗਾ ਇਹ ਕੰਪੈਟੀਬਿਲਿਟੀ ਕੀ ਹੈ ਇਹ ਅੰਡਰਸਟੈਂਡਿੰਗ ਕੀ ਹੈ ਕਿ ਇੱਕ ਬੰਦਾ ਗੱਲ ਕਰਦਾ ਦੂਜਾ ਬੰਦਾ ਪੂਗਾਂ ਚ ਜੁੜ ਜਾਂਦਾ ਹੈ ਜੀ ਮੈਨੂੰ ਲੱਗਦਾ ਕਿ ਟੀਮ ਦੀ ਜਿਹੜੀ ਮਤਲਬ ਵੇਖੋ ਪਾਜੀ ਨੂੰ ਇਹ ਸਾਰਾ ਕੁਝ ਮਿਲਦਾ ਹੀ ਹੈ ਹਨਾ ਜੀ ਤੇ ਪ੍ਰਮਾਤਮਾ ਨੇ ਕਿਰਪਾ ਕੀਤੀ ਜੀ ਪਰ ਉਹ ਕਿਤੇ ਨਾ ਕਿਤੇ ਜਿਵੇਂ ਹੁਣ ਜਦੋਂ ਟੀਮ ਜਿਵੇਂ ਸੁਨਾਲੀ ਜੀ ਜਦੋਂ ਸਾਰਾ ਕੁਝ ਇੱਕ ਹੀ ਚੀਜ਼ ਦੇ ਉੱਤੇ ਲੱਗ ਜਾਣ ਵੀ ਇਹ ਚੀਜ਼ ਕਰਨੀ ਕਰਨੀ ਹੈ ਤੇ ਉਹ ਫਿਰ ਪ੍ਰਮਾਤਮਾ ਕਿ ਕੁਦਰਤ ਹੈ ਜੋ ਵਾਪਸ ਹੋ ਜਦੇ ਮਿਲਣਾ ਤੇ ਹੁੰਦਾ ਹੀ ਹਾਂ ਤੇ ਉਹ ਜਦੋਂ ਟੀਮ ਬਹੁਤ ਜ਼ਿਆਦਾ ਸਾਰਾ ਕੁਝ ਇਤਿਆਗ ਕੇ ਇਹ ਸੋਚ ਲਈ ਵੀ ਆ ਚੀਜ਼ ਹੋਣੀ ਹੋਣੀ ਹੈ ਜਿਵੇਂ ਸੁਨਾਲੀ ਜੀ ਨੇ ਇਹ ਚੀਜ਼ ਸੋਚ ਲਈ ਵੀ ਇਹ ਕਰਨੀ ਹੀ ਕਰਨੀ ਜੀ ਪਰਮਾਤਮਾ ਨੇ ਫਿਰ ਕਿਰਪਾ ਕੀਤੀ ਹੋਇਆ ਇਹ ਤਾਂ ਅਜੇ ਅਸੀਂ ਜਿਹੜਾ ਰੀਸੈਂਟ ਵਰਕਸ਼ਾਪ ਕੀਤਾ ਉਹਦੇ ਤਾਂ ਵੀ ਉਹਦੇ ਉਹਨੇ ਵੀ ਪੁਗਾਈ ਹੈ ਇਹ ਚੀਜ਼ ਤਾਂ ਇਹ ਬਿਲਕੁਲ ਜੀ ਉਹ ਮੇਰਾ ਸਗੋਂ ਕਈ ਵਾਰ ਤੁਸੀਂ ਮੈਂ ਕਿਹਾ ਇਸ ਲੈਵਲ ਤੇ ਆਪਾਂ ਕਿਵੇਂ ਕਰਾਂਗੇ ਪਰ ਸੁਨਾਲੀ ਜੀ ਕਹਿੰਦੇ ਨਹੀਂ ਹੋਏਗਾ ਮੈਂ ਕਿਹਾ ਠੀਕ ਹੈ ਜੀ ਹੋਏਗਾ ਫਿਰ ਉਹ ਆਪਣੇ ਉਹਦੇ ਤੇ ਵੀ ਇਸ ਸੈਟਅਪ ਨੂੰ ਕਿਵੇਂ ਆਰਗੇਨਾਈਜ਼ ਕਰਨਾ ਹੈ ਤੇ ਮੈਂ ਆਪਣੇ ਕੋਲ ਪੱਗਾਂ ਬਾਰੇ ਲੱਗ ਗਿਆ ਫਿਰ ਜੀ ਸੋ ਇਹ ਤੇ ਹੈ ਸੁਨਾਲੀ ਜੀ ਜਦੋਂ ਪੋਜ਼ਿਟਿਵ ਵੇ ਨਾਲ ਜਦੋਂ ਕੋਈ ਚੀਜ਼ ਕਰਦੇ ਨੇ ਫਿਰ ਉਹ ਪਿੱਛੇ ਨਹੀਂ ਹਟਦੇ ਮੈਂ ਮੈਂ ਤੁਹਾਡੀਆਂ ਫੋਟੋਜ਼ ਦੇਖੀ ਸੀ ਹੁਣੇ ਤੁਸੀਂ ਡਿਫਰੈਂਟ ਡਿਫਰੈਂਟ ਤਰ੍ਹਾਂ ਦੀਆਂ ਜਿਹੜੀਆਂ ਪੱਗ ਨੇ ਉਹਦੇ ਸਟਾਈਲ ਹੈਨਾ ਕੀਤੇ ਹੋਏ ਨੇਗੇ ਇਹ ਜਿਹੜੀ ਪੱਗ ਹੈ ਇਹ ਤੁਸੀਂ ਕਹੋ ਵੀ ਮੇਰੀ ਸਭ ਤੋਂ ਜ਼ਿਆਦਾ ਫੇਵਰੇਟ ਹੈ ਮੈਂ ਇਹੀ ਜ਼ਿਆਦਾਤਰ ਕਾ ਇਹਦਾ ਰੀਜ਼ਨ ਕੀ ਹੈ ਔਖੀ ਹੈ ਸੌਖੀ ਹੈ ਆਈ ਮੀਨ ਯਾ ਹੱਥ 'ਚ ਬੈਠਿਆ ਹੋਇਆ ਹੱਥ ਦੇਖੋ ਜੇ ਆਪਾਂ ਗੱਲ ਕਰੀਏ ਜੀ ਕੋਈ ਵੀ ਚੀਜ਼ ਔਖੀ ਨਹੀਂ ਉਕੀ ਉਦੋਂ ਤੱਕ ਜਦੋਂ ਉਹ ਨਹੀਂ ਆਉਂਦੀ ਜੀ ਤੇ ਜਦੋਂ ਇਹ ਪੱਗ ਦੀ ਇਹ ਵੀ ਜਦੋਂ ਕੋਈ ਨਵਾਂ ਵੀਰ ਕੋਈ ਕਿਉਂਕਿ ਸਾਰੇ ਵੀਰ ਜਿਹੜੇ ਨੇ ਉਹ ਸੀਨ ਸਲਾਈ ਵਾਲੀ ਪੱਗ ਬੰਨਦੇ ਨੇ ਜਿਵੇਂ ਆਪਾਂ 6 ਮੀਟਰ ਕਪੜਾ ਲਿਆ ਤੇ ਉਹਦੇ ਚੋਂ ਸਲਾਈ ਕੀਤੀ ਤੇ ਉਹ ਤਿੰਨ ਤਿੰਨ ਦਾ ਹਾਫ ਕਰਕੇ ਵਿੱਚੋਂ ਸਲਾਈ ਹੋ ਜਾਂਦੀ ਜੀ ਸੋ ਇਹ ਪੱਗ ਇਹ ਸਿੰਗਲ ਉਹ ਆਦਤ ਹੁੰਦੀ ਪੂਣੀ ਵਾਲੀ ਇਹ ਬਿਨਾ ਪੂਣੀ ਤੋਂ ਹਾਂਜੀ ਸੋ ਇਹ ਟੋਟਲੀ ਡਿਫਰੈਂਟ ਸਟਾਈਲ ਹੈ ਜੇ ਮੈਨੂੰ ਲੱਗਦਾ ਜੇ ਪੱਗ ਕੋਈ ਬੰਨਣਾ ਸ਼ੁਰੂ ਕਰਦੇ ਉਹ ਆ ਗਈ ਕਿਸੇ ਨੂੰ ਤੇ ਇਦੋਂ ਸੌਖੀ ਪੱਗ ਨਹੀਂ ਤੇ ਜੇ ਮਤਲਬ ਪਹਿਲੇ ਹੀ ਡਰ ਗਏ ਦੋ ਤਿੰਨ ਵਾਰੀ ਬੰਨ ਕੇ ਫਿਰ ਨਹੀਂ ਆਏਗੀ। ਕੀ ਬਾਤ ਹੈ। ਸੋ ਪਲੀਜ਼ ਸਾਨੂੰ ਦੱਸੋ ਮੈਂ ਪਹਿਲੇ ਵੀਰੇ ਨਾਲ ਵੀ ਗੱਲ ਕੀਤੀ ਹੈ। ਕਿਹੜਾ ਕੱਪੜਾ ਕਿੰਨੇ ਮੀਟਰ ਦੀ ਪੱਗ ਕਲਰ ਸਿਲੈਕਸ਼ਨ ਕੀ ਇਹ ਮਤਲਬ ਤੁਹਾਡਾ ਵਿੱਚ ਆਮ ਸ਼ੋਰ ਤੁਹਾਡੇ ਕੰਟਰੀਬਿਊਸ਼ਨ ਹੁੰਦਾ ਹੋਏਗਾ। ਬਟ ਕੀ ਹੈ ਉਹਨਾਂ ਦੇ ਐਕਸਾਈਟਮੈਂਟ ਜਿਹੜਾ ਉਹ ਫੋਲੋ ਕਰਦੇ ਨੇ ਉਹਨਾਂ ਨੂੰ ਉਹਨਾਂ ਲਈ ਪਲੀਜ਼ ਮੈਂ ਜਾਨਣਾ ਚਾਹਾਂਗੀ। ਸਾਡਾ ਇੱਕ ਜਿਵੇਂ ਪੱਗ ਦਾ ਜਿਵੇਂ ਸਾਰਾ ਮਹਿਕਮਾ ਮੇਰੇ ਕੋਲ ਹੁੰਦਾ ਤੇ ਘਟੂ ਘਟ ਇੱਕ ਟੈਚੀ ਜਿਹੜਾ 28 30 ਕਿਲੋ ਵਾਲਾ ਉਹਦੇ ਚ ਸਿਰਫ ਪੱਗਾਂ ਹੀ ਹੁੰਦੀਆਂ ਨੇ ਓਕੇ ਤੇ ਕਈ ਵਾਰ ਦੋ ਵੀ ਹੋ ਜਾਂਦੇ ਨੇ ਸੋ ਜਿਹੜੀ ਪੱਗ ਦੀ ਸਿਲੈਕਸ਼ਨ ਹੈ ਉਹ ਸਾਰੇ ਰੰਗ ਸਾਡੇ ਕੋਲ ਹੁੰਦੇ ਨੇ ਤੇ ਮੌਕੇ ਤੇ ਵੇਖੀਦਾ ਵੀ ਅੱਜ ਕਿਵੇਂ ਦਾ ਸੈਟਅਪ ਹੈ ਕਿਵੇਂ ਦੇ ਕੱਪੜੇ ਨੇ ਉਸ ਤਰ੍ਹਾਂ ਰੰਗ ਚੂਜ਼ ਕਰਕੇ ਬਣ ਲਈਦਾ ਪਰ ਸਾਡੇ ਕੋਲ ਆਪਸ਼ਨ ਹੀ ਬਹੁਤ ਹੁੰਦੀਆਂ ਨੇ ਜੀ ਸੋ ਫਿਲਮ ਦੇ ਕੈਰੈਕਟਰ ਦੇ ਅਕੋਰਡਿੰਗ ਸਟਾਈਲਿੰਗ ਜਿਹੜੀ ਹੈ ਪੱਗ ਦੀ ਕੀਤੀ ਜਾਂਦੀ ਹੈ ਹੈਨਾ ਬਾਕੀ ਤੁਹਾਡਾ ਟੀਮ ਵਰਕ ਹੁੰਦਾ ਪਰ ਉਹਨਾਂ ਦਾ ਫੇਵਰਿਟ ਕਿਹੜਾ ਜਿਹੜਾ ਤਾਂ ਉਹ ਤੁਹਾਨੂੰ ਪਤਾ ਹੈ ਕਿ ਹੁਣ ਉਹਨਾਂ ਨੂੰ ਬਸ ਪੱਗ ਚਾਹੀਦੀ ਹੈ ਇਸ ਟਾਈਮ ਤੇ ਤੁਸੀਂ ਜਾ ਕੇ ਕੰਫਰਟੇਬਲੀ ਬਿਨਾ ਪੁੱਛੇ ਬਿਨਾ ਕਹੇ ਬੰਨ ਦਿੰਨੇ ਹੋ ਐਂਡ ਉਹ ਹੈਪੀ ਹੋ ਜਾਂਦੇ ਨੇ ਅ ਕਿਉਂਕਿ ਅਸੀਂ ਮਤਲਬ ਪੱਗ ਤੇ ਭਾਈ ਨੂੰ ਸਾਰੀਆਂ ਪਸੰਦ ਨੇ ਜਿਵੇਂ ਦੀ ਵੀ ਕਿਉਂਕਿ ਸਾਰੀ ਫਿਲਮ ਦੇ ਵਿੱਚ ਅਸੀਂ ਜਿਹੜੀ ਵੀ ਪੱਗ ਡਿਸਾਈਡ ਕਰੀ ਦੀ ਵੀ ਆ ਬੰਨੀ ਉਵੇਂ ਬੰਨਿਆ ਪਰ ਲੇਟੈਸਟ ਭਾਜੀ ਨੂੰ ਜੋੜੀ ਵਾਲੀ ਪੱਗ ਬੜੀ ਪਸੰਦ ਹੈ ਜਿਹੜੀ ਜੋੜੀ ਫਿਲਮ ਆ ਗਈ ਅੱਛਾ ਜੋੜੀ ਫਿਲਮ ਉਹ ਵਾਕਈ ਬੜੀ ਸੋਹਣੀ ਹੈ ਉਹ ਬਹੁਤ ਭਾਜੀ ਨੂੰ ਪਸੰਦ ਆ ਪੱਗ ਓਕੇ ਤੇ ਮੈਨੂੰ ਇੱਕ ਗੱਲ ਦੱਸੋ ਸਾਰੀ ਦੁਨੀਆ ਉਹਨਾਂ ਦੇ ਹੀ ਪੱਗ ਨੂੰ ਪਸੰਦ ਕਰਦੀ ਹੈ ਕੰਪਲੀਮੈਂਟ ਕਰਦੀ ਹੈ ਤੁਸੀਂ ਕਿੰਨੇ ਭਾਈ ਵੀਰਾਂ ਨੂੰ ਪੱਗ ਸਿਖਾ ਚੁੱਕੇ ਹੋ ਪਰ ਤੁਹਾਡੀ ਪੱਗ ਨੂੰ ਐਕਚੁਅਲ ਕੰਪਲੀਮੈਂਟ ਕਦੋਂ ਮਿਲਿਆ ਸੀਗਾ ਇੱਕ ਤੱਕੀ ਦਿਲਜੀਤ ਵੀਰ ਇਹਨੇ ਕਦੀ ਤੁਹਾਡੀ ਪੱਗ ਨੂੰ ਕੰਪਲੀਮੈਂਟ ਕੀਤਾ ਹੈ ਹਾਂ ਇਹ ਇਹ ਪੱਗ ਸ਼ੁਰੂ ਕਰਨ ਦੇ ਵਿੱਚ ਮਤਲਬ ਕਿਤੇ ਨਾ ਕਿਤੇ ਪਾਜੀ ਦਾ ਵੀ ਹੱਥ ਹੈ ਜਦੋਂ ਨਾ ਇਹ ਮਤਲਬ ਜਿਵੇਂ ਪਾਜੀ ਨੇ ਵੀ ਕਈ ਵਾਰ ਕਿਉਂਕਿ ਜਦੋਂ ਆਪਾਂ ਕਿਸੇ ਨੂੰ ਚੀਜ਼ ਨੂੰ ਸਲਾਹਨੇ ਆ ਨਾ ਤੇ ਬੰਦੇ 'ਚ ਕੌਨਫੀਡੈਂਸ ਆਉਂਦਾ ਜਦੋਂ ਇਹ ਪੱਗ ਬੰਨਣੀ ਸ਼ੁਰੂ ਕੀਤੀ ਤੇ ਪਾਜੀ ਅਕਸਰ ਕਹਿੰਦੇ ਹੁੰਦੇ ਹਨ ਬੜੀ ਸੋਹਣੀ ਲੱਗਦੀ ਕਿਤੇ ਨਾ ਕਿਤੇ ਮੈਂ ਕਹਿੰਦਾ ਪਾਜੀ ਇਹਨੂੰ ਕੋਟ ਪੈਂਟ ਨਾਲ ਰਹਿਨਦਿਆਂ ਕਰਾਂ ਬਈ ਐਵੇਂ ਠੀਕ ਹੈ ਪਾਜੀ ਕਹਿੰਦੇ ਨਹੀਂ ਕੋਟ ਪੈਂਟ ਨਾਲ ਵੀ ਸੋਹਣੀ ਲੱਗੇਗੀ ਹਾਂਜੀ ਸੋ ਇਹ ਫਿਰ ਮੈਂ ਹੁਣ ਇਹ ਪੇ ਦੀ ਪੱਕੀ ਕਿਤੇ ਵੀ ਮਤਲਬ ਕੋਈ ਵੀ ਪਹਿਰਾਵਾ ਬਾਵਾਂ ਮੈਂ ਪੱਗ ਆਈ ਰੱਖਣਾ ਸੋ ਇਹ ਵਧੀਆ ਵੀ ਲੱਗਦੀ ਮੈਨੂੰ ਵਧੀਆ ਲੱਗਦੀ ਅੱਛਾ ਐਦਾਂ ਨਹੀਂ ਹੁੰਦੇ ਵੀ ਜਦੋਂ ਤੁਸੀਂ ਇੰਡੀਆ ਆਉਂਦੇ ਹੋ ਜਾਂ ਪੰਜਾਬ ਆਉਂਦੇ ਹੋ ਤਾਂ ਕੋਈ ਇਹੋ ਜੀ ਜਗ੍ਹਾ ਹੈ ਜਿੱਥੋਂ ਤੁਹਾਨੂੰ ਪਤਾ ਹੈ ਵੀ ਇੱਕ ਪ੍ਰੈਸ਼ਰ ਹੁੰਦਾ ਨਾ ਵੀ ਪੰਜਾਬ ਗਏ ਆ ਜਾਂ ਜਦੋਂ ਪੰਜਾਬ ਜਾਣਾ ਤੇ ਉਹ ਪੱਗਾਂ ਉੱਥੋਂ ਜ਼ਰੂਰ ਲੈ ਕੇ ਆਉਣੀਆਂ ਨੇ ਐਦਾਂ ਵੀ ਹੁੰਦਾ ਨਹੀਂ ਉਹ ਹੈ ਨਹੀਂ ਕੋਈ ਸ਼ੋਪਸ ਪਰ ਮੈਨੂੰ ਇਹ ਵੀ ਸਾਨੂੰ ਮੈਨੂੰ ਹੁਣ ਫੈਬਰਿਕ ਪਤਾ ਹੈ ਵੀ ਮੈਂ ਕੀ ਫੈਬਰਿਕ ਲੈਣਾ ਹੈ ਹੂੰ ਤੇ ਮੇਰੇ ਲਈ ਹੁਣ ਸ਼ਾਪ ਮੈਟਰ ਨਹੀਂ ਕਰਦੀ ਓਕੇ ਫੈਬਰਿਕ ਮੈਟਰ ਕਰਦਾ ਉਹ ਚਾਹ ਚੰਡੀਗੜ੍ਹੋਂ ਮਿਲ ਜੇ ਹਰਿਆਣੇ ਤੋਂ ਮਿਲ ਜੇ ਦਿੱਲੀ ਤੋਂ ਮਿਲ ਜੇ ਕਿਤੋਂ ਵੀ ਕਿਉਂਕਿ ਮੈਨੂੰ ਪਤਾ ਮੈਂ ਫੈਬਰਿਕ ਆ ਲੈਣਾ ਹੈ ਉਹ ਮੈਂ ਮੈਂ ਦੁਕਾਨਦਾਰ ਨੂੰ ਦੱਸਣਾ ਜਾ ਕੇ ਮੈਨੂੰ ਆ ਪੱਗ ਚਾਹੀਦੀ ਦੁਕਾਨਦਾਰ ਨੇ ਮੈਨੂੰ ਗਾਈਡ ਨਹੀਂ ਕਰਨਾ ਵੀ ਤੁਸੀਂ ਆ ਲੈ ਜਾਓ ਆ ਵਧੀਆ ਕਿਉਂਕਿ ਉਹ ਮੈਨੂੰ ਪਤਾ ਹੈ ਮੈਂ ਅਸ ਕਿਉਂਕਿ ਮੈਨੂੰ ਪਤਾ ਵੀ ਮੈਂ ਸਾਰੀਆਂ ਟਰਾਈ ਕੀਤੀਆਂ ਕਿਹੜੀ ਪੱਗ ਭਾਜੀ ਲਈ ਬੈਸਟ ਹੈ ਸੋ ਮੈਂ ਉਹਨੂੰ ਜਾ ਕੇ ਦੱਸਣਾ ਵੀ ਆਪ ਅੱਗੇ ਕਰ ਦੋ ਇਹਦੇ 'ਚ ਮੈਨੂੰ ਰੰਗ ਬਖਾਓ ਅੱਛਾ ਮੈਨੂੰ ਇੱਕ ਗੱਲ ਦੱਸੋ ਜਦੋਂ ਤੁਸੀਂ ਉਹਨਾਂ ਨਾਲ ਕੰਮ ਕਰਦੇ ਹੋ ਤਾਂ ਤੁਸੀਂ ਹਰ ਐਕਟਰ ਐਕਟ੍ਰੀਸ ਦੇ ਨਾਲ ਉਸ ਟਾਈਮ ਫੈਮਿਲੀਅਰ ਹੁੰਦੇ ਹੋ ਕਿਉਂਕਿ ਤੁਸੀਂ ਸੈੱਟ ਤੇ ਹੁੰਦੇ ਹੋ ਜਦੋਂ ਤੁਸੀਂ ਕਰੀਨਾ ਕਪੂਰ ਨੂੰ ਮਿਲੇ ਮੈਂ ਦੇਖਿਆ ਤੁਸੀਂ ਫੋਟੋ ਵੀ ਖਿਚਾਈ ਹੈ ਤੇ ਤੁਹਾਡੇ ਲਈ ਉਹ ਮੋਮੈਂਟ ਕੀ ਹੋ ਜਾ ਸੀਗਾ ਕਿਉਂਕਿ ਇਹ ਸਾਡੇ ਸਾਰਿਆਂ ਦੇ ਲਈ ਕਿਤੇ ਨਾ ਕਿਤੇ ਸੁਪਨੇ ਹੁੰਦੇ ਨੇ ਅਸੀਂ ਸੋਚਿਆ ਵੀ ਨਹੀਂ ਹੁੰਦਾ ਟ I'm sure ਕਿ ਜਦੋਂ ਤੁਸੀਂ ਉਹ ਕਿਆ ਕਿ ਮੈਂ 10x12 ਦੇ ਮੈਂ ਤਾਂ ਕੀਤੀ ਆ ਤੁਸੀਂ ਵੀ ਸ਼ਾਇਦ ਹੀ ਇੱਥੋਂ ਤੱਕ ਸੋਚਿਆ ਹੋਗਾ ਜਾਂ ਸੋਚਿਆ ਵੀ ਹੋਊਗਾ ਤੇ ਇਹ ਨਹੀਂ ਪਤਾ ਵੀ ਪੂਰਾ ਕਿਦਾਂ ਹੋਣਾ ਹੈ ਸੋਚ ਵੀ ਲਵੇ ਪਵੇਂ ਨਾ ਪਰ ਇੱਕ ਪਰਮਾਤਮਾ ਨੇ ਆਪਣੇ ਇੱਕ ਬੜੀ ਚੀਜ਼ ਲੁਕਾ ਕੇ ਰੱਖੀ ਨਾ ਆਪਣਾ ਆਉਣ ਵਾਲਾ ਸਮਾਂ ਹਾਂ ਤੇ ਇਹ ਤੇ ਕਿਸੇ ਨੂੰ ਨਹੀਂ ਪਤਾ ਕਿ ਬੋਕਲ ਚ ਕੀ ਲੁਕਿਆ ਹੈ ਤੇ ਇਹ ਬੰਦਾ ਕਈ ਵਾਰ ਚਲੋ ਸੋਚ ਲੈਂਦਾ ਕਈ ਵਾਰ ਉਹ ਪੂਰਾ ਹੋ ਜਾਂਦਾ ਕਈ ਵਾਰ ਨਾ ਸੋਚੇ ਹੋਵੇ ਤਾਂ ਵੀ ਪੂਰਾ ਹੋ ਜਾਂਦਾ ਰਾਈਟ ਸੋ ਇਹ ਇੱਕ ਬੜੀ ਵਧੀਆ ਗੱਲ ਹੈ ਵੀ ਜੇ ਆਪਾਂ ਨੂੰ ਕੱਲ ਦਾ ਪਤਾ ਹੋਵੇ ਨਾ ਤੇ ਅਸੀਂ ਆਪਸ ਉਲਝ ਜਾਾਂਗੇ ਹਾਂ ਇਹ ਬੜੀ ਵਧੀਆ ਗੱਲ ਹੈ ਵੀ ਜੋ ਹੁੰਦਾ ਨਾ ਇਸ ਕਰਕੇ ਮੈਂ ਇਹ ਚੀਜ਼ ਸੋਚਣਾ ਵੀ ਜੋ ਹੋ ਰਿਹਾ ਹੈ ਉਹਦੇ ਨਾਲ ਹੀ ਚਲੋ ਗਲਤ ਹੋ ਰਿਹਾ ਹੈ ਚੰਗਾ ਹੋ ਰਿਹਾ ਹੈ ਵੱਖਰੀ ਗੱਲ ਹੈ ਅਸੀਂ ਆਪ ਸਹੀ ਕਰਨਾ ਹੈ ਨੇ ਉਹ ਬਿਲਕੁਲ ਠੀਕ ਹੈ ਹੁਣ ਮੈਨੂੰ ਕਰੀਨਾ ਵਾਲਾ ਮੋਮੈਂਟ ਦੱਸੋ ਤੁਸੀਂ ਉਹ ਬਦਿਓ ਦੀ ਉਹ ਅਸਲ 'ਚ ਮਤਲਬ ਮੈਨੂੰ ਮੇਰੇ ਵੀ ਫੇਵਰੇਟ ਐਕਟ੍ਰੈਸ ਜੀ ਕਿਉਂਕਿ ਜਦੋਂ ਉਹ ਸੈੱਟ ਤੇ ਆਉਂਦੇ ਨੇ ਉਹ ਪਤਾ ਲੱਗਦਾ ਵੀ ਕੋਈ ਹੀਰੋਇਨ ਸੈੱਟ ਤੇ ਆਈ ਨੇ ਤੇ ਉਹਨਾਂ ਦਾ ਔਰਾ ਵੀ ਬਹੁਤ ਹੋ ਜਾਂਦਾ ਬਹੁਤ ਚੰਗੇ ਨੇ ਸੋ ਮੇਰੇ ਵੀ ਫੇਵਰਿਟ ਨੇ ਤੇ ਚੰਗੇ ਲੱਗਦੇ ਮੈਨੂੰ ਤਾਂ ਮੇਰੇ ਹੈ ਵੀ ਲੱਗਦਾ ਵੀ ਤੁਹਾਡੀ ਗੱਲ ਬਿਲਕੁਲ ਸਹੀ ਹੋਏਗੀ ਵੀ ਆਪ ਚੰਗੇ ਤੇ ਜੱਗ ਚੰਗਾ ਹੈ ਨਾ ਉਹ ਵੀ ਇੱਕ ਚੀਜ਼ ਹੈਗੀ ਆ ਸੋ ਗੁੱਡ ਨਿਊਜ਼ ਜੀ ਜੀ ਹੈ ਗੁੱਡ ਨਿਊਜ਼ ਦੇ ਵਿੱਚ ਤੇ ਕਿਹਾ ਦਿਲਜੀਤ ਦੇ ਬ੍ਰਾਂਡ ਦੀਆਂ ਗੱਲਾਂ ਹੋਈਆਂ ਨੇ ਹੈ ਨਾ ਕਿਉਂਕਿ ਆਪਾਂ ਦੇਖਿਆ ਰਿਐਲਿਟੀ ਸ਼ੋ ਚ ਵੀ ਪ੍ਰੋਮੋਸ਼ਨ ਦਾ ਨੰਨ ਤਾਰੀਫ ਹੁੰਦੀ ਸੀ ਔਰ ਕਰੀਨਾ ਦਾ ਪਰਸਨਲੀ ਉਹਨਾਂ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਨੇ ਉਹਨਾਂ ਦੇ ਕੰਮ ਨੂੰ ਤੇ ਤੁਸੀਂ ਵੀ ਨਾਲ ਹੁੰਨੇ ਹੋ ਤੁਹਾਡੇ ਅੰਦਰ ਕੀ ਫੀਲ ਚੱਲ ਰਿਹਾ ਹੁੰਦਾ ਹੈ ਟਾਈਮ ਟੂ ਟਾਈਮ ਕਿ ਇੱਕ ਸਟ्रेस ਔਰ ਪ੍ਰੈਸ਼ਰ ਵੀ ਹੁੰਦਾ ਕਿਉਂਕਿ ਟੀਮ ਉਕੇ ਜਾਏਗੀ ਫਿਰ ਉਹਨਾਂ ਹੀ ਹੈਕਟਿਕ ਤੁਹਾਡੇ ਲਈ ਵੀ ਹੈ ਉਹਨਾਂ ਹੀ ਟ੍ਰੈਵਲ ਤੁਹਾਡੇ ਲਈ ਵੀ ਹੈ ਸੋ ਇੰਡੀਵਿਜੂਅਲੀ ਆ ਪਰਸਨਲੀ ਤੁਹਾਡਾ ਨਿਜੀ ਉਸ ਟਾਈਮ ਤੇ ਫੀਲ ਕੀ ਹੁੰਦਾ ਹੈ ਮਤਲਬ ਇਹ ਸਾਰੀਆਂ ਚੀਜ਼ਾਂ ਸੀ ਉਦੋਂ ਭੁੱਲ ਜਾਂਦੇ ਆ ਜਦੋਂ ਅਸੀਂ ਬਨ ਕੇ ਤਿਆਰ ਹੋ ਕੇ ਜਦੋਂ ਸਰਦਾਰ ਅਸੀਂ ਬੰਬੇ ਜਾਂ ਬੋਲੀਵੁੱਡ ਦੇ ਵਿੱਚ ਖੜੇ ਹੁੰਨੇ ਆ ਫਿਰ ਮਜ਼ਾ ਆ ਜਾਂਦਾ ਫਿਰ ਹੋਰ ਕੋਈ ਸਭ ਚੀਜ਼ਾਂ ਫਿੱਕੀਆਂ ਪੈ ਜਾਂਦੀਆਂ ਫਿਰ ਲੱਗਦਾ ਬਸ ਵੀ ਸੱਟੇ ਕੰਮ ਮਜ਼ਾ ਹੁੰਦਾ ਯਾਨੀ ਬਸ ਬਸ ਜੀ ਬਹੁਤ ਅੱਛੀ ਗੱਲ ਹੈ ਸੋ ਇੱਕ ਬਹੁਤ ਅਹਿਮ ਸਵਾਲ ਠੀਕ ਹੈ ਤੁਸੀਂ ਤੇ ਸੁਨਾਲੀ ਤੇ ਦਿਲਜੀਤ ਵੀਰ ਹੈ ਨਾ ਤੁਸੀਂ ਤੁਹਾਡੀ ਸਾਂਝ ਬਹੁਤ ਪੁਰਾਣੀ ਹੋ ਗਈ ਆ ਹੁਣ ਕੰਮ ਕਰਦਿਆਂ ਕਰਦਿਆਂ ਇੱਕ ਪਰਿਵਾਰ ਬਣ ਚੁੱਕਿਆ ਹੈ ਸੋ ਇੱਕ ਟਿਕੜੀ ਨੂੰ ਲੈ ਕੇ ਕੀ ਸੋਚਦੇ ਹੋ ਕਿਸ ਤਰ੍ਹਾਂ ਦੀ ਗੱਲਬਾਤ ਜਿਹੜੀ ਹੈ ਉਹ ਹਮੇਸ਼ਾ ਯੂ نو ਤੁਹਾਨੂੰ ਲੱਗਦਾ ਹੈ ਕਿ ਜਦੋਂ ਗੱਲ ਹੋਏਗੀ ਤਿੰਨਾਂ ਦੇ ਤੇ ਇਹ ਗੱਲ ਹੋਏਗੀ ਅਹ ਵੇਖੋ ਜਦੋਂ ਕੰਮ ਹੈ ਤੇ ਕੰਮ ਰਿਲੇਟਡ ਗੱਲ ਨਹੀਂ ਤੇ ਫਿਰ ਟੀਮ ਚ ਪੂਰੀ ਫੈਮਿਲੀ ਵਾਂਗੂ ਮਸਤੀ ਪੂਰੀ ਐਂ ਆਹੋ ਮੈਂ ਦੇਖਿਆ ਫੋਟੋ ਤੁਸੀਂ ਕਾਫੀ ਖੰਮਨ ਕੰਮਨ ਗੇਜ਼ੀ ਹੋਨੇ ਨਾ ਜੋੜੀ ਤੋਂ ਬਾਅਦ ਤੁਸੀਂ ਵੀ ਦਿਲਜੀਤ ਵੀਰੇ ਵਾਂਗੂ ਮੈਡੀਟੇਸ਼ਨ ਕਰਦੇ ਹੋ ਜਾਂ ਉਹ ਉਹੀ ਕਰਦੇ ਨੇ ਤੇ ਤੁਸੀਂ ਪਿੱਛੋਂ ਹਾਸਾ ਖੇਡਾ ਹੀ ਹੁੰਦਾ ਫੋਟੋਆਂ ਹੀ ਹੁੰਦੀਆਂ ਅਹ ਦੋਨੋਂ ਹੀ ਜੇ ਤੇ ਵੇਖੋ ਭਾਜੀ ਤੇ ਬਹੁਤ ਜ਼ਿਆਦਾ ਕਰਦੇ ਨੇ ਹਣਾ ਉਹ ਬਹੁਤ ਰੱਬ ਨਾਲ ਲੈਂਦੇ ਨੇ ਤੇ ਅਸੀਂ ਉਹਨਾਂ ਨਹੀਂ ਲੀਂਦੇ ਸਾਨੂੰ ਲੈਣਾ ਚਾਹੀਦਾ ਪਰ ਜਿੰਨਾ ਕੋ ਚਾਹੀਦਾ ਸੀ ਕਰਨੇ ਕੋਸ਼ਿਸ਼ ਕਰੀ ਦੀਏ ਵੀ ਜਿੰਨਾ ਕੋ ਆਪਣੇ ਕਿਉਂਕਿ ਇਹ ਆਪਣੀ ਆਪਣੀ ਨਿੱਜੀ ਸਫਰ ਹੈ ਹਾਂਜੀ 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 ਤੇ ਉਹ ਕੋਸ਼ਿਸ਼ ਕਰੀ ਦੀ ਵੀ ਅਸੀਂ ਆਪਣੇ ਸਫਰ ਦੇ ਵਿੱਚ ਵੀ ਜਿੰਨਾ ਕਰ ਸਕੀਏ ਕਰੀਏ ਪਰ ਹੁਣ ਕਿੰਨਾ ਕਰੀਦਾ ਜਾਂ ਕਿੰਨਾ ਨਹੀਂ ਕਰੀਦਾ ਇਹ ਜਿਆਦਾ ਕਹਿ ਲਈਏ ਤੇ ਉਹ ਆਪਣੇ ਆਪ ਚ ਹਾਂ ਇਹ ਤਾਂ ਮੈਂ ਸਰਸਰੀ ਗੱਲ ਪੁੱਛੀ ਸੀ ਪਰ ਮੈਨੂੰ ਵੀ ਲੱਗਦਾ ਵੀ ਇੱਥੇ ਕਰਨ ਵਾਲੀ ਗੱਲ ਨਹੀਂ ਆਪਣੀ ਜ਼ਿੰਦਗੀ ਨਾਲ ਜੁੜੀ ਇੱਕ ਇੱਕ ਮੈਨੂੰ ਲੱਗਦਾ ਇਹ ਖੁਦ ਦੀ ਚੁਆਇਸ ਹੈ ਅੱਛਾ ਕੁਕਿੰਗ ਵੀ ਕਰਦੇ ਨੇ ਦਿਲਜੀਤ ਬਹੁਤ ਅੱਛੀ ਲੋਕਡਾਊਨ ਚ ਤਾਂ ਬੈਣਾ ਬਸੋਣਿਆ ਵੀ ਬੜੇ ਘਰਾਂ ਚ ਲੜਾਈ ਹੋ ਗਈ ਵੀ ਤੁਸੀਂ ਅਹੀਂ ਬਣਾ ਖਵਾਉਂਦੇ ਰਹਿੰਦੇ ਹੋ ਤੇ ਉਹ ਦੇਖ ਲਓ ਕਿੰਨੇ ਬੰਸਵੰਨੀ ਚੀਜ਼ਾਂ ਬਣਾਉਂਦੇ ਨੇ ਸੋ ਤੁਹਾਡਾ ਵੀ ਸਾਥ ਉਹਨਾਂ ਦਾ ਉਹਨਾਂ ਦੀ ਕੁਕਿੰਗ ਤੋਂ ਲੈ ਕੇ ਖਾਂ ਤੱਕ ਦਾ ਹੈਗਾ ਜਾਂ ਖਾਂ ਤੱਕ ਦਾ ਹੈ ਜਾਂ ਵੇਖਣ ਤੱਕ ਦਾ ਹੀ ਆ ਮੈਂ ਤੁਹਾਡੇ ਕੋਲੋਂ ਜਾਨਣਾ ਚਾਹੁੰਦੀ ਨਹੀਂ ਜਦੋਂ ਪਾਜੀ ਬਣਾਉਂਦੇ ਨੇ ਤੇ ਵਾਕਈ ਬਹੁਤ ਸਵਾਦ ਬਣਾਉਂਦੇ ਨੇ ਤੇ ਫਿਰ ਉਹ ਜਿੰਨੇ ਚਾਹ ਨਾਲ ਬਣਾਉਂਦੇ ਨੇ ਪਾਜੀ ਉਹਨੇ ਚਾਹ ਨਾਲ ਖਵਾਉਂਦੇ ਨੇ ਅੱਛਾ ਹਾਂ ਤੇ ਫਿਰ ਵਧੀਆ ਫਿਰ ਖਾਈ ਦਾ ਬੜਾ ਬਹੁਤ ਵਧੀਆ ਪਾਜੀ ਨੂੰ ਸ਼ੌਂਕ ਕਿਉਂਕਿ ਪਾਜੀ ਕੋਈ ਵੀ ਕੰਮ ਦਿਲੋਂ ਕਰਦੇ ਨੇ ਜੋ ਕੁਕਿੰਗ ਕਰਦੇ ਨੇ ਨਾ ਤੋ ਕੁਕਿੰਗ ਵੀ ਦਿਲੋਂ ਕਰਦੇ ਨੇ ਇਹ ਨਹੀਂ ਵੀ ਉਹ ਪੋਸਟ ਕਰਦੇ ਨੇ ਜਾਂ ਰੀਲ ਬਣਾਉਂਦੇ ਨੇ ਨਹੀਂ ਕਈ ਵਾਰ ਨਹੀਂ ਰੀਲ ਬਣਾਉਂਦੇ ਜੀ ਤੇ ਉਹਨੇ ਮਸਤੀ ਉਹਦੋਂ ਤੈਨੂੰ ਕੋਈ ਨਾ ਮਸਤੀ ਅਸੀਂ ਵਦ ਵੈਸੇ ਕਰਨੇ ਆ ਅੱਛਾ ਤੇ ਉਹ ਉਹ ਇੱਕ ਵੱਖਰੀ ਗੱਲ ਹੈ ਚਲੋ ਰੀਲ ਕਈ ਵਾਰ ਪਾਜੀ ਪੋਸਟ ਕਰ ਦਿੰਦੇ ਨੇ ਪਰ ਭਾਜੀ ਨੂੰ ਚਾਹ ਹੁੰਦਾ ਵੀ ਚਾਹ ਨਾਲ ਬਣਾਣਾ ਤੇ ਚਾਹ ਨਾਲ ਅਸੀਂ ਸਾਰੇ ਖਾਂਦੇ ਆ। ਮੇਰੇ ਗੱਲ ਸੁਣੋ ਜਿੱਦਾਂ ਸਾਡੇ ਘਰ ਦੇ ਮਤਲਬ ਥੋੜੀ ਸਿੰਪਲ ਜੀ ਹੁੰਦੇ ਆ ਨਾ ਉਹਨਾਂ ਨੇ ਟੀਵੀ ਥੀ ਤੇ ਉਹਨਾਂ ਨੂੰ ਚਾਹ ਬੜਾ ਜ਼ਿਆਦਾ ਹੁੰਦਾ ਹੈ ਖਾਸ ਕਰ ਸਾਡੀ ਫੈਮਲੀ ਦੇ ਜਿਹੜੇ ਯੰਗਸਟਰਸ ਹੁੰਦੇ ਨੇ ਤੁਹਾਨੂੰ ਕੋਈ ਫੋਨ ਕਰਕੇ ਇਹ ਨਹੀਂ ਕਹਿੰਦਾ ਵੀ ਹਾਈ ਤੁਸੀਂ ਦਿਲਜੀਤ ਨਾਲ ਰਹਿੰਦੇ ਹੋ ਜਾਂ ਉਹਨਾਂ ਦੇ ਲਈ ਕੋਈ ਯੂ ਨੋ ਇੱਕ ਬਹੁਤ ਵੱਡੀ ਗੱਲ ਨਹੀਂ ਕਈ ਵਾਰ ਹੁੰਦਾ ਹੈ ਕਈ ਵਾਰ ਹੁਣ ਚਲੋ ਕਈ ਵਾਰ ਕੋਈ ਰਿਸ਼ਤੇਦਾਰ ਕਹਿ ਦਿੰਦਾ ਵੀ ਉਹ ਸਾਡਾ ਜਾਣਕਾਰ ਹੈ ਤੇ ਜਦੋਂ ਮੈਨੂੰ ਕੋਈ ਸਵਾਲ ਕਰਦੇ ਨੇ ਹੁੰਦਾ ਐਵੇਂ ਪਰ ਠੀਕ ਹੈ ਉਹਨਾਂ ਮਤਲਬ ਅਸੀਂ ਕਦੀ ਸ਼ੇਖੀ ਜੀ ਨਹੀਂ ਮਾਰੀ ਬਚ ਕੇ ਨਿਕਲ ਜੀ ਦਾ ਜੇ ਕੋਈ ਕਹਦੇ ਨਹੀਂ ਤੇ ਨਹੀਂ ਜੇ ਕੋਈ ਕਹਦੇ ਹਾਂ ਤੇ ਹਾਂ ਠੀਕ ਹੈ ਐਨਾ ਕੋਈ ਠੀਕ ਹੈ ਹਾਂ ਠੀਕ ਜਿਵੇਂ ਕੋਈ ਸੋਚ ਲੇ ਠੀਕ ਹੈ ਕੋਈ ਹਾਂ ਜਿਆਦਾ ਨਹੀਂ ਸੋ ਵੀਰੇਂ ਜੀ ਤੁਸੀਂ ਪਹਿਲਾਂ ਵੀ ਕਿਹਾ ਬਈ ਤੁਸੀਂ ਉਹਨਾਂ ਨਾਲ ਹੀ ਕੰਮ ਕੀਤਾ ਹੈ ਉਹਨਾਂ ਨਾਲ ਹੀ ਕਰਨਾ ਚਾਹੋਗੇ ਸੋ ਜੇ ਗੱਲ ਤੁਹਾਡੀ ਤੇ ਦਿਲਜੀਤ ਵੀਰੇ ਦੀ ਬੌਂਡ ਦੀ ਹੋਵੇ ਤੇ ਕੀ ਇਹ ਭਰਾਵਾਂ ਵਾਲਾ ਜਿਹੜਾ ਰਿਸ਼ਤਾ ਹੈ ਇਹ ਹਰ ਜਜ਼ਬਾਤ ਸਾਂਝੇ ਕਰਦਾ ਹੈ ਜਾਂ ਕਿਤੇ ਨਾ ਕਿਤੇ ਇੱਕ ਗੈਪ ਰੱਖਦੇ ਕਿਉਂਕਿ ਮੈਂ ਨਿੱਜੀ ਤੌਰ ਤੇ ਕਹਾਂ ਜੇ ਵੀ ਫੋਰ ਐਗਜ਼ਾਮਪਲ ਸਾਡੇ ਬੌਸ ਨੇ ਜਾਂ ਸਾਡੇ ਘਰ ਦੇ ਵੱਡੇ ਨੇ ਅਸੀਂ ਚੋਣੇ ਜ਼ਰੂਰ ਆ ਬਈ ਕਰੀਏ ਪਰ ਇੱਕ ਅਸੀਂ ਆਪਣੇ ਵੱਲੋਂ ਵੀ ਸਪੇਸ ਰੱਖਦੇ ਆ ਵੀ ਰਿਸਪੈਕਟ ਵਾਲੀ ਚੀਜ਼ ਆ ਇਹ ਇੱਕ ਤੇ ਕੀ ਉਹ ਤੁਹਾਡੇ ਵੱਲੋਂ ਵੀ ਹੈ ਨਹੀਂ ਰਿਸਪੈਕਟ ਦੇ ਵੇਖੋ ਆਪਾਂ ਹਰ ਕਿਸੇ ਦੀ ਰਿਸਪੈਕਟ ਆਪਾਂ ਨੂੰ ਕਰਨੀ ਚਾਹੀਦੀ ਤੇ ਉਹ ਇੱਕ ਰਿਸਪੈਕਟ ਤੇ ਹੈ ਹੀ ਹੈ ਪਾਜੀ ਦੀ ਪਰ ਜਦੋਂ ਅਸੀਂ ਕੰਮ ਕਰਨੇ ਆ ਫਿਰ ਉਹ ਕੰਮ ਹੀ ਰਹਿੰਦਾ ਸਾਡਾ ਜਦੋਂ ਅਸੀਂ ਕੰਮ ਤੋਂ ਜਦੋਂ ਕੰਮ ਕੰਪਲੀਟ ਹੋ ਜਾਂਦਾ ਫਿਰ ਇੱਕ ਫੈਮਿਲੀ ਵਾਲਾ ਮੈਟਰ ਆ ਜਾਂਦਾ ਫਿਰ ਆਪਣਾ ਜੀ ਮੈਂ ਮਰਜ਼ੀ ਹੱਸਾ ਖੇਡਾਂ ਜਾਂ ਜਿਹੜੀ ਮਰਜ਼ੀ ਗੱਲ ਜੋ ਵੀ ਸਾਂਝੀ ਕਰਨੀ ਕਰ ਸਕਦਾ ਬੰਦਾ ਪਰ ਜਦੋਂ ਅਸੀਂ ਕੰਮ ਹੈ ਫਿਰ ਉਹ ਅਸੀਂ ਆਪ ਹੀ ਕੰਮ ਨੂੰ ਕਰ ਕਿਉਂਕਿ ਕੰਮ ਨੂੰ ਜਿਹੜੇ ਜਿਹਦੇ ਕਰਕੇ ਅਸੀਂ ਇਕੱਠੇ ਹੋਏ ਆਂ ਜੀ ਮਿਹਨਤ ਕੰਮ ਹੈ ਨਹੀਂ ਰਾਈਟ ਤੇ ਉਹ ਕੰਮ ਜਿੰਨਾ ਚਿਰ ਹੋਣਾ ਚਿਰ ਕੰਮ ਹੈ ਜਦੋਂ ਕੰਮ ਨਹੀਂ ਫਿਰ ਅਸੀਂ ਆਪਣੀ ਮਸਤੀ ਪ੍ਰਾਵਾਤ ਤੌਰ ਤੇ ਫਿਰ ਅਸੀਂ ਹੱਸਾ ਖੇਡਾ ਕਰਦੇ ਅੱਛਾ ਇਹ ਗੱਲ ਦੱਸੋ ਜਦੋਂ ਤੁਸੀਂ ਕਹਿੰਦੇ ਤੁਸੀਂ ਉਹਨਾਂ ਦੀ ਪੱਗਾਂ ਲੈਣ ਜਾਂਦੇ ਹੋ ਕਦੇ ਐਦਾਂ ਵੀ ਹੋਇਆ ਕਿ ਤੁਹਾਨੂੰ ਕੋਈ ਚੀਜ਼ ਇੰਨੀ ਜ਼ਿਆਦਾ ਪਸੰਦ ਆ ਗਈ ਹੋਵੇ ਪੱਗ ਦੀ ਹੈ ਨਾ ਵੀ ਤੁਸੀਂ ਉਹਨਾਂ ਨੂੰ ਗਿਫਟ ਕੀਤੀ ਹੋਵੇ ਜਾਂ ਉਹਨਾਂ ਵੱਲੋਂ ਤੁਹਾਨੂੰ ਉਹ ਗ ਦੇਖੋ ਪੱਗਾਂ ਦੇ ਸਾਰੀਆਂ ਮੇਰੀਆਂ ਭਾਜੀ ਦੀਆਂ ਪੱਗਾਂ ਸਾਂਝੀਆਂ ਹੀ ਇੱਕ ਕੋਈ ਹੋਗੀ ਹਾਂ ਤੇ ਉਹ ਜਦੋਂ ਮੈਂ ਕਈ ਵਾਰ ਭਾਜੀ ਕਿ ਮੈਨੂੰ 10 ਦਿਨ ਵੀ ਆਹ ਰੰਗ ਲੈ ਕੇ ਆਉਣੇ ਨੇ ਤੇ ਉੱਥੇ ਜਦੋਂ ਮੈਂ ਬਾਈ ਕਰਨ ਜਾਂਦਾ ਤੇ ਕਈ ਵਾਰ ਮੈਨੂੰ ਦੋ ਤਿੰਨ ਰੰਗ ਮੈਨੂੰ ਜਾਂ ਕਿੰਨੇ ਵੀ ਰੰਗ ਮੈਨੂੰ ਪਸੰਦ ਆਉਣ ਤੇ ਮੈਂ ਆਪਣੇ ਵੱਲੋਂ ਲੈ ਆਉਣਾ ਵੀ ਮੈਂ ਵੀ ਭਾਜੀ ਨੂੰ ਜਾ ਕੇ ਵਿਖਾਵਾਂਗੇ ਨਵੇਂ ਰੰਗ ਨੇ ਤੇ ਉਹ ਇੱਕ ਬਾਈ ਕਰ ਲਈਦੀ ਐਵੇਂ ਵੀ ਵੀ ਆ ਚੀਜ਼ ਨਵੇਂ ਰੰਗ ਆਏ ਨੇ ਤੇ ਕਿਉਂਕਿ ਮੇਰਾ ਕੰਮ ਹੈ ਨਾ ਮੈਨੂੰ ਇਹ ਹੁੰਦਾ ਵੀ ਮੈਂ ਵੱਧ ਤੋਂ ਵੱਧ ਵਧੀਆ ਤੋ ਵਧੀਆ ਚੀਜ਼ ਵਧੀਆ ਵਧੀਆ ਰੰਗ ਲਿਆ ਕੇ ਰੱਖਾਂ ਰਾਈਟ ਸੋ ਲਾਸਟ ਦੇ ਵਿੱਚ ਇੱਕ ਬਹੁਤ ਅਹਿਮ ਸਵਾਲ ਗੁਰਪ੍ਰਤਾਪ ਸਿੰਘ ਕਾਂਗ ਪਲੱਸ ਦਿਲਜੀਤ ਦੋਸਾਂਝ ਇਕੁਅਲ ਟੂ ਵਾਟ ਤੁਸੀਂ ਕੀ ਮਹਿਸੂਸ ਕਰਦੇ ਹੋ ਰਿਸ਼ਤੇ ਨੂੰ ਲੈ ਕੇ ਜਾਂ ਉਹਨਾਂ ਦੇ ਨਾਲ ਇੰਨੇ ਸਾਲ ਹੋ ਗਏ ਤੁਹਾਨੂੰ ਜਾਂ ਜੇ ਤੁਹਾਨੂੰ ਕੋਈ ਪੁੱਛੇ ਕਿ ਵਾਟ ਇਜ਼ ਦਿਲਜੀਤ ਦੋਸਾਂਝ ਫॉर ਯੂ ਜਾਂ ਤੁਸੀਂ ਉਹਨਾਂ ਲਈ ਕੀ ਹੋ ਤੇ ਤੁਹਾਡੇ ਜਜ਼ਬਾਤ ਕੀ ਕਹਿੰਗੇ ਮੈਂ ਤੇ ਪਰਮਾਤਮਾ ਦਾ ਬੜਾ ਸ਼ੁਕਰ ਕਰਾਂਗਾ ਵੀ ਮੈਂ ਮਤਲਬ ਇੰਨੀ ਵਧੀਆ ਟੀਮ ਮਤਲਬ ਇੰਨੇ ਵਧੀਆ ਮੈਂ ਟੀਮ ਦਾ ਜਿਵੇਂ ਸੁਨਾਲੀ ਜੀ ਭਾਜੀ ਹਨਾ ਇੰਨੀ ਵਧੀਆ ਟੀਮ ਦਾ ਮੈਂ ਵੀ ਹਿੱਸਾ ਹਾਂ ਤੇ ਮੈਂ ਪ੍ਰਮਾਤਮਾ ਦਾ ਬੜਾ ਸ਼ੁਕਰ ਕਰਨਾ ਮੈਂ ਪਹਿਲਾਂ ਹੀ ਅਕਸਰ ਕਈ ਵਾਰ ਅਸੀਂ ਗੱਲ ਕਰਨੇ ਆ ਜਿਵੇਂ ਮੈਂ ਪਹਿਲਾਂ ਵੀ ਕੀਤੀ ਮਤਲਬ ਮੇਰੇ ਮੈਂ ਕੁਝ ਵੀ ਇਹਦੇ ਬਾਰੇ ਬੋਲਾਂਗਾ ਨਾ ਤੇ ਉਹ ਛੋਟਾ ਹੋਏਗਾ ਮਤਲਬ ਮੈਂ ਜਿੰਨਾ ਮਰਜ਼ੀ ਆਪਣੇ ਆਪ 'ਚ ਵੱਡਾ ਕਹਾਂ ਨਾ ਤੇ ਉਹ ਛੋਟਾ ਹੋਏਗਾ ਮੇਰੇ ਲਈ ਜੀ ਸੋ ਇਹ ਮਤਲਬ ਜਿੰਨਾ ਕਹਿ ਲਈਏ ਸ਼ੁਕਰ ਹੈ ਪ੍ਰਮਾਤਮਾ ਦਾ ਵੀ ਮੈਨੂੰ ਇਸ ਇਹ ਲਾਈਨ ਮਿਲੀ ਤੇ ਮੈਨੂੰ ਪਾਜੀ ਦਾ ਸਾਥ ਮਿਲਿਆ ਮੈਂ ਪਾਜੀ ਦੇ ਨਾਲ ਆ ਤੇ ਇੰਨੀ ਵਧੀਆ ਸਾਡੀ ਟੀਮ ਹੈ ਪਰਮਾਤਮਾ ਦਾ ਸ਼ੁਕਰ ਹੈ ਇਹ ਬਿਆਨ ਤੋਂ ਬਾਹਰ ਗੱਲ ਆ ਬਿਲਕੁਲ ਮੈਂ ਇਸ ਚੀਜ਼ ਦੀ ਬਹੁਤ ਰਿਸਪੈਕਟ ਕਰਦੀ ਆ ਤੇ ਮੈਂ ਵੀ ਸੱਚੇ ਦਿਲੋਂ ਇਹ ਅਰਦਾਸ ਕਰਦੀ ਆ ਵੀ ਤੁਹਾਡੀ ਇਹ ਟਿਕੜੀ ਹਮੇਸ਼ਾ ਯੂ نو ਇਦਾਂ ਹੀ ਤਾ ਉਮਰ ਮੈਂ ਕਹਨੀ ਆ ਭਾਈ ਐਸੀ ਤਰ੍ਹਾਂ ਇਕੱਠੀ ਰਵੇ ਕਿਉਂਕਿ ਮੈਨੂੰ ਇਹ ਲੱਗਦਾ ਵੀ ਤੁਸੀਂ ਸਾਰੇ ਬlesd ਹੋ ਕਿ ਤੁਹਾਡਾ ਇੱਕ ਪਰਿਵਾਰ ਬਣ ਚੁੱਕਿਆ ਔਰ ਇਹੀ ਵਜ੍ਹਾ ਹੈ ਕਿ ਸਾਡਾ ਮਾਣ ਦਿਨੋ ਦਿਨ ਵੱਧ ਰਿਹਾ ਹੈ ਤੁਸੀਂ ਵਰਲਡਵਾਈਡ ਜਿਹੜਾ ਕੰਮ ਦਿਲਜੀਤ ਵੀਰਾ ਕਰ ਰਹੇ ਆਣੇ ਸੋ ਤੁਹਾਡੇ ਸਾਰਿਆਂ ਦੇ ਸਾਥ ਦੇ ਨਾਲ ਤੁਸੀਂ ਆਪਸ ਦੀ ਹੈਨਾ ਇੱਕ ਯੂਨਿਟੀ ਦੇ ਨਾਲ ਜੋ ਕੰਮ ਕਰ ਰਹੇ ਹੋ ਸੋ ਮੇਰੇ ਵੱਲੋਂ ਤੁਹਾਡੀ ਪੂਰੀ ਟੀਮ ਨੂੰ ਤੁਹਾਨੂੰ ਬਹੁਤ ਸਤਿਕਾਰ ਬਹੁਤ ਦੁਆਵਾਂ ਇਸੇ ਤਰ੍ਹਾਂ ਅੱਗੇ ਵਧੀ ਚੱਲੋ ਤੇ ਮਾਣ ਵਧਾਈ ਰੱਖੋ ਤੇ ਬਹੁਤ ਸ਼ੁਕਰੀਆ ਵੈਗਰ ਧੰਨਵਾਦ ਜੀ ਤੁਹਾਡਾ ਵੀ ਤੁਸੀਂ ਇੰਨੀਆਂ ਦੁਆਵਾਂ ਦਿੱਤੀਆਂ ਪਰਮਾਤਮਾ ਤੁਹਾਨੂੰ ਵੀ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਤੁਹਾਡੀ ਟੀਮ ਨੇ ਸਤਿ ਸ੍ਰੀ ਅਕਾਲ ਤੁਹਾਡੇ ਸਾਰੇ ਸੁਪਨੇ ਪੂਰੇ ਹੋ ਵਾਈ ਗੁਰੂ ਸੁਖ ਰੱਖੇ ਥੈਂਕ ਯੂ ਸੋ ਮੱਚ ਤੇ ਭਾਈ ਮੇਰੇ ਦਿਲ ਚ ਜੋ ਗੱਲਾਂ ਬਾਤਾਂ ਸੀਗੀਆਂ ਮੈਂ ਆਪਣੇ ਵੱਲੋਂ ਕਰ ਲਈਆਂ ਐਂਡ ਮੈਨੂੰ ਲੱਗਦੀਆਂ ਕਿ ਸਫੀਸ਼ੀਐਂਟ ਹੈ ਬਾਕੀ ਤੇ ਸੋਸ਼ਲ ਮੀਡੀਆ ਤੇ ਅਸੀਂ ਇਹਨਾਂ ਨੂੰ ਵੇਖਦੇ ਰਹਿਣੇ ਆਂ ਐਂਡ ਮੈਂ ਤਾਂ ਇੰਨੇ ਕਹਿਣਾ ਚਾਹਾਂਗੀ ਕਿ ਤੁਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਜਿਹੜੇ ਸੁਪਨੇ ਵੇਖੇ ਨੇ ਉਹਨਾਂ ਨੂੰ बस सच्ची नीयत ਦੇ ਨਾਲ ਸੋਚ ਕੇ ਅੱਗੇ ਵਧਦੇ ਜਾਓ ਬਾਕੀ ਲਾਅ ਆਫ ਅਟਰੈਕਸ਼ਨ ਆਲਵੇਸ ਵਰਕ ਬਟ ਹਾਂ ਉਹਦੇ ਵਿੱਚ ਕਿਸੇ ਨੂੰ ਹਰਟ ਨਹੀਂ ਕਰਨਾ ਸੋ ਪੋਜ਼ਿਟਿਵ ਰਹਿਣਾ ਹੈ ਆਪਣਾ ਤੇ ਆਪਣੇ ਦਾ ਖਿਆਲ ਰੱਖਣਾ ਹੈ ਫਿਰ ਹਾਲ ਦੇ ਲਈ ਸਾਨੂੰ ਦੋਨਾਂ ਨੂੰ ਇਜਾਜ਼ਤ ਦੇਣੀ ਹੈ ਜਲਦ ਮਿਲਾਂਗੇ ਸਤਿ ਸ਼੍ਰੀ ਅਕਾਲ